300 ਬੰਦਾ ਸੀਐਮ ਸਿਕਿਉਰਿਟੀ ਦੇ ਨਾਂ ਦੇ ਉੱਤੇ ਭਰਤੀ ਕਰ ਲਿਆ ਜਾਂਦਾ ਹੈ। ਇੱਕ ਵੀ ਬੰਦਾ ਪੰਜਾਬ ਦਾ ਪੰਜਾਬੀ ਨਹੀਂ। ਡੈਪੂਟੇਸ਼ਨ ਦੇ ਲਿਆਂਦਾ ਹੁੰਦਾ ਗੱਲ ਹੋਰ ਸੀ, ਪਰ ਬੰਦੇ ਲਿਆ ਕੇ ਮਰਜ ਕਰ ਲਏਗੇ ਪੰਜਾਬ ਪੁਲਿਸ ਦੇ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਮਨਪ੍ਰੀਤ ਤੌਲਕ। ਲੱਖੇ ਸਿਧਾਣੇ ਨੇ ਕੱਲ੍ਹ ਫਰਜ਼ੀ ਪੰਜਾਬ ਪੁਲਿਸ ਭਰਤੀ ਦਾ ਇੱਕ ਮਸਲਾ ਚੱਕਿਆ ਸੀਗਾ। ਉਹ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀਗਾ ਕਿ ਪੰਜਾਬ ਪੁਲਿਸ ਦੇ 300 ਅਜਿਹੇ ਅਹੁਦੇ ਅਜਿਹੀਆਂ ਭਰਤੀਆਂ ਜਿਸ ਦੇ ਉੱਤੇ ਗੈਰ ਪੰਜਾਬੀ ਜਿਹੜੇ ਆ ਉਹ ਭਰਤੀ ਕੀਤੇ ਹੋਏ ਸੀਗੇ। ਅਤੇ ਅੱਜ ਹੀ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਐਕਸ਼ਨ ਲੈ ਲਿਆ। 7 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਹੈ, ਇੱਕ ਕਮੇਟੀ ਬਣਾ ਦਿੱਤੀ ਹੈ ਅਤੇ ਲੱਖੇ ਸਿਧਾਣੇ ਨੇ ਜੋ ਮੁੱਦਾ ਚੱਕਿਆ ਸੀਗਾ ਉਸ ਦਾ ਹੱਲ ਕੱਢਣ ਦਾ ਜਿਹੜਾ ਉਹਨਾਂ ਨੇ ਭਰੋਸਾ ਜਤਾਇਆ। ਇੱਕ ਵਾਰ ਆਪਾਂ ਉਹ ਵੀਡੀਓ ਸੁਣਦੇ ਹਾਂ ਜਿਸ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਇਸ ਮਸਲੇ ਦੀ ਰਿਪੋਰਟ ਮੰਗੀ ਹੈ। ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ 300 ਜਾਂ ਕਿੰਨੇ ਕੋਈ ਨੰਬਰਾਂ ਦੀ ਭਰਤੀ ਕੀਤੀ ਗਈ ਔਰ ਉਹਦੇ 'ਤੇ ਸਭ ਤੋਂ ਵੱਡੀ ਜਿਹੜੀ ਗੱਲ ਕਹੀ ਗਈ ਹੈ ਕਿ ਗੈਰ ਪੰਜਾਬੀਆਂ ਦੀ ਉਹਦੇ 'ਚ ਭਰਤੀ ਕੀਤੀ ਗਈ ਹੈ। ਉਹਨੇ ਮੈਂ ਡੀ ਜੀ ਪੀ ਪੰਜਾਬ ਨੂੰ 7 ਦਿਨ ਦੇ ਵਿੱਚ ਵਿੱਚ ਲਿਖ ਕੇ ਭੇਜ ਦਿੱਤਾ ਕਿ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਔਰ ਜੇ ਮੈਨੂੰ ਉਹਦੇ 'ਚ ਕੋਈ ਕੁਤਾਹੀ ਦਿਸੀ ਜਾਂ ਕੋਈ ਇਹੋ ਜਿਹੀ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਭਰਤੀ ਕੀਤੀ ਗਈ ਆ ਉਹਦੇ 'ਤੇ ਤੁਰੰਤ ਐਕਸ਼ਨ ਕੀਤਾ ਜਾਵੇਗਾ ਔਰ ਬੜਾ ਸਖਤੀ ਨਾਲ ਉਸ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ। 300 ਬੰਦਾ ਸੀਐਮ ਸਿਕਿਉਰਿਟੀ ਦੇ ਨਾਂ ਦੇ ਉੱਤੇ ਭਰਤੀ ਕਰ ਲਿਆ ਜਾਂਦਾ ਹੈ। ਇੱਕ ਵੀ ਬੰਦਾ ਪੰਜਾਬ ਦਾ ਪੰਜਾਬੀ ਨਹੀਂ। ਡੈਪੂਟੇਸ਼ਨ ਦੇ ਲਿਆਂਦਾ ਹੁੰਦਾ ਗੱਲ ਹੋਰ ਸੀ, ਪਰ ਬੰਦੇ ਲਿਆ ਕੇ ਮਰਜ ਕਰ ਲਏਗੇ ਪੰਜਾਬ ਪੁਲਿਸ ਦੇ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਮਨਪ੍ਰੀਤ ਤੌਲਕ। ਲੱਖੇ ਸਿਧਾਣੇ ਨੇ ਕੱਲ੍ਹ ਫਰਜ਼ੀ ਪੰਜਾਬ ਪੁਲਿਸ ਭਰਤੀ ਦਾ ਇੱਕ ਮਸਲਾ ਚੱਕਿਆ ਸੀਗਾ। ਉਹ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀਗਾ ਕਿ ਪੰਜਾਬ ਪੁਲਿਸ ਦੇ 300 ਅਜਿਹੇ ਅਹੁਦੇ ਅਜਿਹੀਆਂ ਭਰਤੀਆਂ ਜਿਸ ਦੇ ਉੱਤੇ ਗੈਰ ਪੰਜਾਬੀ ਜਿਹੜੇ ਆ ਉਹ ਭਰਤੀ ਕੀਤੇ ਹੋਏ ਸੀਗੇ। ਅਤੇ ਅੱਜ ਹੀ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਐਕਸ਼ਨ ਲੈ ਲਿਆ। 7 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਹੈ, ਇੱਕ ਕਮੇਟੀ ਬਣਾ ਦਿੱਤੀ ਹੈ ਅਤੇ ਲੱਖੇ ਸਿਧਾਣੇ ਨੇ ਜੋ ਮੁੱਦਾ ਚੱਕਿਆ ਸੀਗਾ ਉਸ ਦਾ ਹੱਲ ਕੱਢਣ ਦਾ ਜਿਹੜਾ ਉਹਨਾਂ ਨੇ ਭਰੋਸਾ ਜਤਾਇਆ। ਇੱਕ ਵਾਰ ਆਪਾਂ ਉਹ ਵੀਡੀਓ ਸੁਣਦੇ ਹਾਂ ਜਿਸ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਇਸ ਮਸਲੇ ਦੀ ਰਿਪੋਰਟ ਮੰਗੀ ਹੈ। ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ 300 ਜਾਂ ਕਿੰਨੇ ਕੋਈ ਨੰਬਰਾਂ ਦੀ ਭਰਤੀ ਕੀਤੀ ਗਈ ਔਰ ਉਹਦੇ 'ਤੇ ਸਭ ਤੋਂ ਵੱਡੀ ਜਿਹੜੀ ਗੱਲ ਕਹੀ ਗਈ ਹੈ ਕਿ ਗੈਰ ਪੰਜਾਬੀਆਂ ਦੀ ਉਹਦੇ 'ਚ ਭਰਤੀ ਕੀਤੀ ਗਈ ਹੈ। ਉਹਨੇ ਮੈਂ ਡੀ ਜੀ ਪੀ ਪੰਜਾਬ ਨੂੰ 7 ਦਿਨ ਦੇ ਵਿੱਚ ਵਿੱਚ ਲਿਖ ਕੇ ਭੇਜ ਦਿੱਤਾ ਕਿ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਔਰ ਜੇ ਮੈਨੂੰ ਉਹਦੇ 'ਚ ਕੋਈ ਕੁਤਾਹੀ ਦਿਸੀ ਜਾਂ ਕੋਈ ਇਹੋ ਜਿਹੀ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਭਰਤੀ ਕੀਤੀ ਗਈ ਆ ਉਹਦੇ 'ਤੇ ਤੁਰੰਤ ਐਕਸ਼ਨ ਕੀਤਾ ਜਾਵੇਗਾ ਔਰ ਬੜਾ ਸਖਤੀ ਨਾਲ ਉਸ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ। 300 ਬੰਦਾ ਸੀਐਮ ਸਿਕਿਉਰਿਟੀ ਦੇ ਨਾਂ ਦੇ ਉੱਤੇ ਭਰਤੀ ਕਰ ਲਿਆ ਜਾਂਦਾ ਹੈ। ਇੱਕ ਵੀ ਬੰਦਾ ਪੰਜਾਬ ਦਾ ਪੰਜਾਬੀ ਨਹੀਂ। ਡੈਪੂਟੇਸ਼ਨ ਦੇ ਲਿਆਂਦਾ ਹੁੰਦਾ ਗੱਲ ਹੋਰ ਸੀ, ਪਰ ਬੰਦੇ ਲਿਆ ਕੇ ਮਰਜ ਕਰ ਲਏਗੇ ਪੰਜਾਬ ਪੁਲਿਸ ਦੇ।